एक प्राइवेट बस ने कंबाइन नू फेट मार दिती जिस कारण कंबाइन सड़क दे विचकार ही पलट गई ते इस हादसे दे दौरान कंबाइन चालक जो बुजुर्ग है ओहो फटड़ हो गया। जानकारी मुताबिक जलंधर तो लुधियाना वाल नू एह कंबाइन फिलोर हाईवे ते जा रही सी कि यह हादसा वापर जांदा है जिसनू एक बस वालों फेट मार दिती जांदी है जिस कारण यह कंबाइन सड़क विचकार ही पलट जांदी है जिस तो बाद सड़क सुरक्षा फोर्स मुलाजम मौके ते पहुंचे ते बुजुर्ग नू सिविल अस्पताल फिलौर पहुंचाया गया। हालांकि इस हादसे तो बाद करीब डेढ़ तो दो घंटे तक दोनों साइड जाम रहा जिस कारण राहगीरां नू भी काफी मुश्किलों का सामना करना पिया जिस तो बाद क्रेन की मदद के नाल कंबाइन नू मेन हाईवे तो साइड करके रस्ता चालू करवाया गया। फिलहाल इस हादसे दे विच बुजुर्ग फटड़ होया जिसनू सड़क सुरक्षा फोर्स के मुलाजमान वालों मौके ते अस्पताल पहुंचाया गया। ਅਸੀਂ ਅੰਬਰ ਸਰੋਜਾ ਕੀ ਨਾਮ ਤੁਹਾਡਾ ਮੇਰਾ ਨਾਮ ਸੋਹਣ ਦਾਸ ਹੈ ਜੀ ਕਿੱਥੇ ਜਾ ਰਹੇ ਨਾਪੇ ਜਾ ਰਹੇ ਸੀ ਅੱਛਾ ਫਿਰ ਕੀ ਹੋਇਆ ਬੱਸ ਵਾਲਾ ਪਰ ਲਾ ਕੇ ਭੱਜ ਗਿਆ ਜੀ ਬੱਸ ਵਾਲੇ ਨਾਲ ਫੇੜ ਵੱਜੀ ਹਾਂ ਬੱਸ ਵਾਲੇ ਧੱਕੇ ਨਾਲ ਵਿੱਚ ਮਾਰ ਕੇ ਸੱਟ ਗਿਆ ਜੀ ਸੱਟਾਂ ਲੱਗੀਆਂ ਜੀ ਬਹੁਤ ਸਾਰਾ ਇੱਕ ਪਾਸੇ ਗਿਆ ਇਕੱਲੇ ਸੀਗੇ ਨਾਲ ਵੀ ਦੋ ਮੁੰਡੇ ਸੀਗੇ ਜੀ ਉਹ ਠੀਕ ਆ ਮੁੰਡੇ ਠੀਕ ਨੇ ਜੀ ਬਿਲਕੁਲ ਬਚਾਅ ਹੋ ਗਿਆ ਜੀ ਇੱਕ ਬਜ਼ੁਰਗ ਜਿਹੜੇ ਡਰਾਈਵਰ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾਏ ਆ ਹਾਂਜੀ ਤੇ ਕੰਟਰੋਲ ਰੂਮ ਤੋਂ ਸਾਨੂੰ ਫੋਨ ਆਇਆ ਸੀ ਵੀ ਇੱਕ ਜਿਹੜੀ ਕੰਬਾਈਨ ਆ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਆ ਉਹਨੂੰ ਇੱਕ ਪ੍ਰਾਈਵੇਟ ਬੱਸ ਨੇ ਸਾਈਡ ਮਾਰਤੀ ਹਾਂ ਹਾਂ ਕੰਬਾਈਨ ਆ ਸੜਕ ਦੇ ਵਿਚਕਾਰ ਪਲਟ ਗਈ ਓਕੇ ਜਿਹੜਾ ਬੱਸ ਚਾਲਕ ਸੀ ਉਹ ਬੱਸ ਚਾਲਕ ਗੱਡੀ ਛੱਡ ਕੇ ਭੱਜ ਗਿਆ ਤੇ ਗੱਡੀ ਪੁਲਿਸ ਦੇ ਸਟੱਡੀ ਵਿੱਚ ਅੱਕੀ ਗਈ ਜਿਹੜਾ ਹਾਈਵੇ ਚਾਲੂ ਕਰਾ ਰਹੇ ਹਾਂ ਹਾਈਵੇ ਚਾਲੂ ਹੋ ਗਿਆ ਲਗਭਗ ਚਾਲੂ ਓਕੇ ਕੀ ਇਹ ਜੇ ਮਸ਼ੀਨ ਮੰਗਾ ਕੇ ਚਾਲੂ ਕੀਤਾ ਮਸ਼ੀਨ ਮੰਗਾ ਕੇ ਚਾਲੂ ਕੀਤਾ ਹਾਂਜੀ ਅੱਜ ਕਰੇਂਦੀ ਸਹਾਇਤਾ ਦੇ ਨਾਲ ਛੁੱਟੀ ਕਰਾ ਰਹੇ ਹਾਂ ਇੱਕ ਪ੍ਰਾਈਵੇਟ ਬੱਸ ਨੇ ਕੰਬਾਈਨ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਕੰਬਾਈਨ ਸੜਕ ਦੇ ਵਿਚਕਾਰ ਹੀ ਪਲਟ ਗਈ ਤੇ ਇਸ ਹਾਦਸੇ ਦੇ ਦੌਰਾਨ ਕੰਬਾਈਨ ਚਾਲਕ ਜੋ ਬਜ਼ੁਰਗ ਹੈ ਉਹ ਫਟੜ ਹੋ ਗਿਆ। ਜਾਣਕਾਰੀ ਮੁਤਾਬਿਕ ਜਲੰਧਰ ਤੋਂ ਲੁਧਿਆਣਾ ਵੱਲ ਨੂੰ ਇਹ ਕੰਬਾਈਨ ਫਿਲੋਰ ਹਾਈਵੇ ਤੇ ਜਾ ਰਹੀ ਸੀ ਕਿ ਇਹ ਹਾਦਸਾ ਵਾਪਰ ਜਾਂਦਾ ਹੈ ਜਿਸ ਨੂੰ ਇੱਕ ਬੱਸ ਵੱਲੋਂ ਫੇਟ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਇਹ ਕੰਬਾਈਨ ਸੜਕ ਵਿਚਕਾਰ ਹੀ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਬਜ਼ੁਰਗ ਨੂੰ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਕਰੀਬ ਡੇਢ ਤੋਂ ਦੋ ਘੰਟੇ ਤੱਕ ਦੋਨੋਂ ਸਾਈਡ ਜਾਮ ਰਿਹਾ ਜਿਸ ਕਾਰਨ ਰਾਹਗੀਰਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਕ੍ਰੇਨ ਦੀ ਮਦਦ ਦੇ ਨਾਲ ਕੰਬਾਈਨ ਨੂੰ ਮੇਨ ਹਾਈਵੇ ਤੋਂ ਸਾਈਡ ਕਰਕੇ ਰਸਤਾ ਚਾਲੂ ਕਰਵਾਇਆ ਗਿਆ। ਫਿਲਹਾਲ ਇਸ ਹਾਦਸੇ ਦੇ ਵਿੱਚ ਬਜ਼ੁਰਗ ਫਟੜ ਹੋਇਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਅਸੀਂ ਅੰਬਰ ਸਰੋਜਾ ਕੀ ਨਾਮ ਤੁਹਾਡਾ ਮੇਰਾ ਨਾਮ ਸੋਹਣ ਦਾਸ ਹੈ ਜੀ ਕਿੱਥੋਂ ਕਿੱਥੇ ਜਾ ਰਹੇ ਨਾਪੇ ਜਾ ਰਹੇ ਸੀ ਅੱਛਾ ਫਿਰ ਕੀ ਹੋਇਆ ਬੱਸ ਵਾਲਾ ਪਰ ਲਾ ਕੇ ਭੱਜ ਗਿਆ ਜੀ ਬੱਸ ਵਾਲੇ ਨਾਲ ਫੇੜ ਵੱਜੀ ਹਾਂ ਬੱਸ ਵਾਲੇ ਧੱਕੇ ਨਾਲ ਵਿੱਚ ਮਾਰ ਕੇ ਸੱਟ ਗਿਆ ਜੀ ਸੱਟਾਂ ਲੱਗੀਆਂ ਜੀ ਬਹੁਤ ਸਾਰਾ ਇੱਕ ਪਾਸੇ ਗਿਆ ਇਕੱਲੇ ਸੀਗੇ ਨਾਲ ਵੀ ਦੋ ਮੁੰਡੇ ਸੀਗੇ ਜੀ ਉਹ ਠੀਕ ਆ ਮੁੰਡੇ ਠੀਕ ਨੇ ਜੀ ਬਿਲਕੁਲ ਬਚਾਅ ਹੋ ਗਿਆ ਜੀ ਇੱਕ ਬਜ਼ੁਰਗ ਜਿਹੜੇ ਡਰਾਈਵਰ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਉਹਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾਏ ਆ ਹਾਂਜੀ ਤੇ ਕੰਟਰੋਲ ਰੂਮ ਤੋਂ ਸਾਨੂੰ ਫੋਨ ਆਇਆ ਸੀ ਵੀ ਇੱਕ ਜਿਹੜੀ ਕੰਬਾਈਨ ਆ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਆ ਉਹਨੂੰ ਇੱਕ ਪ੍ਰਾਈਵੇਟ ਬੱਸ ਨੇ ਸਾਈਡ ਮਾਰਤੀ ਹਾਂ ਹਾਂ ਕੰਬਾਈਨ ਆ ਸੜਕ ਦੇ ਵਿਚਕਾਰ ਪਲਟ ਗਈ ਓਕੇ ਜਿਹੜਾ ਬੱਸ ਚਾਲਕ ਸੀ ਉਹ ਬੱਸ ਚਾਲਕ ਗੱਡੀ ਛੱਡ ਕੇ ਭੱਜ ਗਿਆ ਹਾਂ ਤੇ ਗੱਡੀ ਪੁਲਿਸ ਦੇ ਸਟੱਡੀ ਵਿੱਚ ਅੱਕੀ ਗਈ ਜਿਹੜਾ ਹਾਈਵੇ ਚਾਲੂ ਕਰਾ ਰਹੇ ਹਾਂ ਹਾਈਵੇ ਚਾਲੂ ਹੋ ਗਿਆ ਲਗਭਗ ਚਾਲੂ ਓਕੇ ਕੀ ਇਹ ਜੇ ਮਸ਼ੀਨ ਮੰਗਾ ਕੇ ਚਾਲੂ ਕੀਤਾ ਮਸ਼ੀਨ ਮੰਗਾ ਕੇ ਚਾਲੂ ਕੀਤਾ ਹਾਂਜੀ ਅੱਜ ਕਰੇਂਦੀ ਸਹਾਇਤਾ ਦੇ ਨਾਲ ਛੁੱਟੀ ਕਰਾ ਰਹੇ ਹਾਂ।